ਅੱਜ ਸਾਡੀ ਪੰਥ ਦੇ ਲਈ ਇੱਕ ਮਹਾਨ ਦਿਵਸ ਹੈ ਕਿ ਅਸੀਂ ਉਸ ਸ਼ਖਸੀਅਤ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੇ ਨਾਲ ਤੇ ਸਿੱਖ ਫੌਜਾਂ ਨੇ ਅਫਗਾਨਿਸਤਾਨ ਫਤਿਹ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ਾਂ ਨੇ ਵੀ ਪੂਰਾ ਜ਼ੋਰ ਲਗਾਇਆ ਕਿ ਅਫਗਾਨਿਸਤਾਨ ਅਸੀਂ ਫਤਿਹ ਕਰੀਏ, ਪਰ ਉਹਨਾਂ ਦੀ ਵੀ ਵਾਹ ਨਹੀਂ ਚੱਲੀ। ਉਸ ਤੋਂ ਬਾਅਦ ਰੂਸ ਨੇ ਪੂਰੇ ਯਤਨ ਕੀਤੇ ਪਰ ਅਫਗਾਨਿਸਤਾਨ ਫਤਿਹ ਨਹੀਂ ਹੋਇਆ। ਉਸ ਤੋਂ ਬਾਅਦ ਹੁਣ ਦੀ ਗੱਲ ਹੈ, ਅਮਰੀਕਾ ਦੀਆਂ ਫੌਜਾਂ ਅਫਗਾਨਿਸਤਾਨ ਤੋਂ ਹਾਰ ਮੰਨ ਕੇ ਵਾਪਸ ਮੁੜੀਆਂ। ਪਰ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀਆਂ ਫੌਜਾਂ, ਜਿਨ੍ਹਾਂ ਦੇ ਲੀਡਰ ਅਕਾਲੀ ਫੂਲਾ ਸਿੰਘ ਸੀਗੇ, ਹਰੀ ਸਿੰਘ ਸੀਗੇ ਨਲਵਾ ਸਾਹਿਬ, ਇਹ ਸਾਰਿਆਂ ਨੇ ਅਫਗਾਨਿਸਤਾਨ 1819 ਦੇ ਵਿੱਚ ਫਤਿਹ ਕਰ ਲਿਆ ਸੀ। ਜਦੋਂ ਅਫਗਾਨਿਸਤਾਨ ਫਤਿਹ ਕੀਤਾ, ਜਿਹੜਾ ਕਸ਼ਮੀਰ ਅੱਜ ਕੁਛ ਪਾਸਾ ਪਾਕਿਸਤਾਨ ਦੇ ਕੋਲੇ ਹੈ, ਕੁਛ ਇੰਡੀਆ ਦੇ ਕੋਲੇ ਹੈ, ਕੁਛ ਚੀਨ ਦੇ ਹਵਾਲੇ ਹੈ, ਇਹ ਸਾਰਾ ਕਸ਼ਮੀਰ ਦਾ ਸੂਬਾ ਫਤਿਹ ਕਰਕੇ ਸਿੱਖ ਰਾਜ ਦੇ ਨਾਲ ਲਗਾ ਦਿੱਤਾ ਸੀ। ਜਿਹੜੀਆਂ ਵੀ ਫੌਜਾਂ ਅਫਗਾਨਿਸਤਾਨ ਵੱਲ ਮੂੰਹ ਕਰਦੀਆਂ ਸੀ, ਪਸ਼ਾਵਰ ਤੋਂ ਅੱਗੇ ਇੱਕ ਦਰਿਆ ਹੈ ਜਿਹੜਾ ਬਹੁਤ ਤੇਜ਼ ਚੱਲਦਾ, ਜੇ ਤਾਂ ਦਰਿਆ ਕੋਈ ਫੌਜ ਪਾਰ ਕਰ ਲੈਂਦੀ ਹੈ ਤੇ ਉਹ ਹਿੰਦੁਸਤਾਨ ਦੇ ਮਾਲਕ ਬਣ ਜਾਂਦੇ ਹੈ। ਦਰਿਆ ਦਾ ਨਾਂ ਹੈ ਅਟਕ। ਪਰ ਜੇ ਹਿੰਦੁਸਤਾਨ ਵਾਲੇ ਪਾਸਿਓਂ ਅਟਕ ਦਾ ਦਰਿਆ ਕਰੀਏ ਤਾਂ ਫਿਰ ਅਫਗਾਨਿਸਤਾਨ ਤੇ ਉੱਪਰ ਦੇ ਇਲਾਕੇ ਫਤਿਹ ਹੋ ਜਾਂਦੇ ਹੈ। ਅਕਾਲੀ ਫੂਲਾ ਸਿੰਘ ਜੀ ਨੇ ਅਟਕ ਦੇ ਦਰਿਆ ਦੇ ਉੱਤੇ ਚੌਂਕੜੀ ਮਾਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਿਵੇਂ ਜਿਵੇਂ ਜਪਜੀ ਸਾਹਿਬ ਦਾ ਪਾਠ ਕਰਦੇ ਸੀ, ਦਰਿਆ ਅਟਕ ਢਲਦਾ ਜਾਂਦਾ ਸੀ। ਔਰ ਅਕਾਲੀ ਫੂਲਾ ਸਿੰਘ ਦੇ ਪਾਠ ਕਰਨ ਦੇ ਨਾਲ ਜਦੋਂ ਤੇਜ਼ ਪਾਣੀ ਢਲ ਗਿਆ ਤੇ ਫਿਰ ਸਿੱਖਾਂ ਦੀਆਂ ਫੌਜਾਂ ਹਾਥੀਆਂ ਦੇ ਪਿੱਛੇ, ਤੋਪਾਂ ਸੀਗੀਆਂ, ਘੋੜ ਸਵਾਰ ਸੀ ਤੇ ਫੌਜਾਂ ਸੀ, ਇਹ ਸਾਰੀਆਂ ਅਟਕ ਦਾ ਦਰਿਆ ਪਾਰ ਕਰਦੀਆਂ ਔਰ ਅਫਗਾਨਿਸਤਾਨ ਫਤਿਹ ਕੀਤਾ।